ਰਾਮ ਸਰੂਪਨਖੀ ਦਾ ਨਾਵਲ ਸਰਦਾਰੋ ਦਾ 18ਵਾਂ ਅੰਗ ਦੁੱਲਾ ਖਾਸਾ ਬਜ਼ੁਰਗ ਹੋ ਗਿਆ ਹੁਣ ਉਹ ਤੋ ਟਿੱਬੇ ਨਹੀਂ ਜਾਇਆ ਜਾਂਦਾ ਸੀ ਥੰਮਣ ਵਾਲੇ ਤਾਂ ਕਈ ਵਾਰਿਆਂ ਤੋਂ ਨਹੀਂ ਗਿਆ ਉਥੋਂ ਦੇ ਲੋਕ ਤਾਂ ਤੇ ਆਉਂਦੇ ਰਹਿੰਦੇ ਉਹ ਸਭ ਨੂੰ ਜਾਣਦਾ ਸੀ ਉਹਨਾਂ ਦੇ ਘਰਾਂ ਦੀ ਸੁੱਖ-ਸਾਂਤ ਪੁੱਛਦਾ ਪਾਣੀ ਤਾਂ ਨਹੀਂ ਪਿਆਉਂਦਾ ਰੋਟੀ ਖਾਣ ਵਾਲੇ ਰੋਟੀ ਖਾ ਜਾਂਦੇ ਚਾਹਾਂ ਪੀ ਕੇ ਜਾਂਦੇ ਪਰ ਉਹ ਆਪ ਥੰਮਣ ਵਾਲੇ ਨਾ ਜਾ ਸਕਦਾ ਲੱਤਾਂ ਕਮਜ਼ੋਰ ਹੋ ਗਈਆਂ ਸੀ ਤੁਰਦਾ ਤਾਂ ਭਾਰ ਨਾਲ ਚਲਦੀਆਂ ਉਦੇ ਡੋਲਿਆਂ ਤੇ ਪੱਟਾਂ ਦਾ ਮਾਸ ਢਿਲਕ ਗਿਆ ਗੱਦ ਗਰਦਨ ਉੱਤੇ ਕਈ ਵੱਟ ਪੈਂਦੇ ਕਦੇ ਨੰਗਾ ਬੈਠਾ ਹੁੰਦਾ ਛਾਤੀਆਂ ਲਮਕਦੀਆਂ ਦੇਸਦੀਆਂ ਪਰ ਅੱਖਾਂ ਦੀ ਚਮਕ ਬਾਕੀ ਸੀ ਨਿਗਾਹ ਕਾਇਮ ਸੀ ਦੰਦ ਮਜ਼ਬੂਤ ਸਨ ਉਹਦੇ ਲਈ ਅੰਨੀ ਹਿੰਮਤ ਹੁਣ ਬਹੁਤ ਸੀ ਕਿ ਟੜਕੇ ਉੱਠ ਕੇ ਢੋਲ ਵਜਾ ਸਕੇ ਡੋਰਾ ਕੱਸ ਕੇ RAM ਢੋਲੋ ਦੇ ਖੜੇ ਖੜੇ ਤੇ ਗਲ ਚ ਪਾ ਦਿੰਦਾ ਡੱਗਾ ਤੇ ਛਿਟੀ ਫੜਾ ਦਿੰਦਾ ਹੌਲੀ ਹੌਲੀ ਦੁਲਾ ਢੋਲ ਵਜਾਉਂਦਾ ਉਹਲ ਜੋ ਪਹਿਲਾਂ ਵਾਲੀ ਗਰਮਾਹਿਸ਼ ਨਹੀਂ ਰਹਿ ਗਈ ਸੀ ਬਸ ਐਉਂ ਸੀ ਜਿਵੇਂ ਕੋਈ ਜਵਾਕ ਪਹਿਲਾਂ ਉੱਚੀ ਉੱਚੀ ਰੋਂਦਾ ਹੋਵੇ ਚਿੱਕਾ ਮਾਰ ਮਾਰ ਕੇ ਤੇ ਜਦੋਂ ਥੱਕ ਹਾਰ ਜਾਏ ਤੇ ਹੌਲੀ ਹੌਲੀ ਰੋਣ ਲੱਗੇ ਬੈਠੇ ਹੋਏ ਗਲੇ ਨਾਲ ਜਿੱਦਨ ਦਾ ਧੰਨਾ ਬੁੜਾ ਉੱਥੇ ਆ ਕੇ ਰਹਿਣ ਲੱਗਿਆ ਟਾਬ ਦਾ ਕੰਮ ਸੁਖਾਲਾ ਹੋ ਗਿਆ ਧੰਨਾ ਥੰਮਣ ਵਾਲੇ ਗਜਾ ਕਰਨ ਜਾਂਦਾ ਤੇ ਰਾਮ ਟਿੱਬੇ ਦੋਵੇਂ ਦਿਨ ਚੜੇ ਇੱਕੋ ਜੇ ਸਮੇਂ ਤੁਰਦੇ ਤੇ ਦੁਪਹਿਰ ਤੱਕ ਵਾਪਸ ਆ ਜਾਂਦੇ ਖਾਲੀ ਬਾਲਟੀ ਡੋਲੂ ਤੇ ਬਗਲੀ ਲੈ ਕੇ ਜਾਂਦੇ ਮੁਰਦੇ ਹੋਏ ਹੌਂਕਦੇ ਆਉਂਦੇ ਬਾਲਟੀ ਦੁੱਧ ਦੀ ਭਰੀ ਹੁੰਦੀ ਡੋਲੂ ਸਬਜ਼ੀਆਂ ਦਾਲਾਂ ਦਾ ਤੇ ਬਗਲੀ ਦਾ ਢਿੱਡ ਰੋਟੀਆਂ ਨਾਲ ਬਾਹਰ ਨਿਕਲ ਆਇਆ ਦਿਸਦਾ RAM ਸਿਆਣਾ ਤੇ ਹਿਮਤੀ ਮੁੰਡਾ ਸੀ ਪੜਿਆ ਲਿਖਿਆ ਸੀ ਬਹੁਤਾ ਪੜਿਆ ਲਿਖਿਆ ਤਾਂ ਨਹੀਂ ਸੀ 10ਵੀਂ ਤੱਕ ਪਹੁੰਚਿਆ ਹੋਇਆ ਸੀ 10ਵੀਂ ਚ ਪੜਦਾ ਹਟ ਗਿਆ ਹੁਸ਼ਿਆਰ ਸੀ ਤਿੱਖੀ ਬੁੱਧੀ ਦਾ ਮਾਲਕ ਕੋਈ ਉਹਨੂੰ ਪੜਾਉਣ ਵਾਲਾ ਹੁੰਦਾ ਤਾਂ ਕਿਤੇ ਦੀ ਕਿਤੇ ਪਹੁੰਚਦਾ 4-5 ਸਾਲਾਂ ਚ ਹੀ RAM ਨੇ ਆਪਣੇ ਰੰਗ ਦਿਖਾਤਾ ਉੱਤੇ ੱਬੇ ਤਾਂ ਗਜਾ ਕਰਨ ਜਾਂਦਾ ਹੀ ਸੀ ਕਦੇ ਕਦੇ ਥੰਮਣ ਵਾਲੇ ਵੀ ਜਾਂ ਹੁੰਦਾ ਢਾਬ ਦੇ ਆਉਂਦੇ ਜਾਂਦੇ ਲੋਕ ਉਹਦੇ ਸਿਆਣੂ ਗਿਆਨੂ ਹੋ ਚੁੱਕੇ ਸੀ ਉਹ ਦੋਵੇਂ ਪਿੰਡਾਂ 'ਚ ਜਾ ਕੇ ਢਾਬ ਦਾ ਮੂੰਹ ਮੱਥਾ ਸਵਾਰਨ ਲਈ ਲੋਕਾਂ ਨੂੰ ਭੇਰੇ ਦਾ ਰਹਿੰਦਾ ਰੋਡੂ ਸ਼ਾਦੀ ਮੰਡੀ ਵੀ ਜਾਂਦਾ ਸਾਈਕਲ ਜਾਂਦਾ ਸੀ ਦੁੱਲੇ ਨੇ ਉਹਨੂੰ ਨਵਾਂ ਸਾਈਕਲ ਖਰੀਦਤਾ ਰਾਹ ਚਾਹੇ ਕੱਚੇ ਤੇ ਟਿੱਬਿਆਂ ਵਾਲੇ ਸੀ ਪਰ ਗੱਡੇ ਦੀ ਲੀ ਪਾ ਕੇ ਕਿਤੇ ਸਾਈਕਲ ਚੱਲ ਪੈਂਦਾ ਕਿਤੇ ਹੈਂਡਲ ਫੜ ਕੇ ਤੋੜਨਾ ਪੈਂਦਾ ਮੀਂਹ ਪਿਆ ਹੁੰਦਾ ਮਿੱਟੀ ਪੱਕ ਜਾਂਦੀ ਰਾਮ ਦਾ ਸਾਈਕਲ ਡਾਗ ਗੱਡੀ ਬਣਿਆ ਭਜਿਆ ਹੁੰਦਾ। ਰਾਮ ਨੇ ਮੰਡੀ ਦੇ ਕੁਝ ਸੇਟ ਪ੍ਰੇਰ ਲਏ ਸਨ। ਥੰਮਣ ਵਾਲੇ ਤੇ ਟਿੱਬੇ ਦੇ ਬੰਦੇ ਵੀ ਪੁੰਨ ਦਾਨ ਕਰਨਾ ਚਾਹੁੰਦੇ ਸਨ। ਖੁਆਜੀ ਦੀ ਜਗਾ ਸੀ ਤੇ ਫਿਰ ਇਸ ਥਾਨ ਤੇ ਦੁੱਲੇ ਜਿਹਾ ਗਰਵੇਸ਼ ਬੈਠਾ ਸੀ। ਦਾਨ ਦੇਣ ਵਾਲੇ ਦਾ ਪੁੰਨੀ ਪੁੰਨ ਸੀ। ਪਹੇ ਵਾਲੇ ਪਾਸੇ ਤੇ ਕੁਟਿਆਵਲ ਢਾਬ ਦੀਆਂ ਪੱਕੀਆਂ ਪੌੜੀਆਂ ਬਣ ਗਈਆਂ। ਥੰਮੀਆਂ ਵਾਲਾ ਛੱਪਾ ਢਾ ਦਿੱਤਾ ਗਿਆ। ਉਸ ਤੋਂ ਛੋਟੇ-ਛੋਟੇ ਤਿੰਨ ਕਮਰੇ ਬਣ ਗਏ ਕਮਰੇ ਆਗੇ ਬਰਾਂਡਾ ਸੀ ਕਮਰਿਆਂ ਨਾਲ ਲੱਗਦਾ ਪੱਕਾ ਲੰਗਰ ਬਣ ਗਿਆ ਇੱਥੇ ਹੀ ਹੁਣਾਂ ਨੂੰ ਪਾਣੀ ਬਣਦਾ ਉਹਨਾਂ ਨੇ ਰੋਟੀਆਂ ਦਾ ਗਜਾ ਛੱਡ ਦਿੱਤਾ ਸਿਰਫ ਦੁੱਧ ਦੀ ਗਜਾ ਕਰਦੇ ਡੋਲੂ 'ਚ ਜਿੱਥੇ ਪਹਿਲਾਂ ਸਬਜ਼ੀ ਦਾਲ ਆਉਂਦੀ ਸੀ ਹੁਣ ਮੱਖਣੀ ਆਉਣ ਲੱਗੀ ਅਣਕਾਲਿਆ ਦੁੱਧ ਦਾ ਗਜਾ ਕਰਦੇ ਹੋ ਰਾਮ ਤਿੱਖਾ ਸੀ ਧੰਨੇ ਨੂੰ ਵੀ ਕਹਿ ਕੇ ਭੇਜਦਾ ਗਲਾਸ ਦੀ ਥਾਂ ਚਾਹੇ ਅੱਧਾ ਗਲਾਸ ਪਾਵੇ ਕੋਈ ਪਰ ਅਨਕਾਲਿਆ ਹੋਵੇ ਪਾਣੀ ਵਾਲੇ ਦੁੱਧ ਦਾ ਪੁੰਨ ਨਹੀਂ ਲੱਗਦਾ ਨਿਫਲ ਹੈ ਉਹੀ ਥੰਮੀਆਂ ਤੇ ਛੱਪਰ ਦੂਜੀ ਥਾਂ ਲਾ ਜਾ ਕੇ ਬੰਨ ਦਿੱਤਾ ਛੱਪਰ ਥੱਲੇ ਬੈਠ ਕੇ RAM ਜਵਾਕਾਂ ਨੂੰ ਪੜਾਉਂਦਾ ਵੱਡੇ ਵੱਡੇ ਮੁੰਡੇ ਵੀ ਪੜਦੇ ਛੋਟੀਆਂ ਛੋਟੀਆਂ ਕੁੜੀਆਂ ਤੇ ਛੋਟੇ ਮੁੰਡੇ ਕਈ ਸੀ ਛੋਟੇ ਬੱਚਿਆਂ ਨੂੰ ਤੜਕੇ ਪੜਾਉਂਦਾ ਤੇ ਵੱਡੇ ਮੁੰਡਿਆਂ ਨੂੰ ਦੁਪਹਿਰ ਵੇਲੇ ਛੋਟੇ ਬੱਚੇ ਟਿੱਬੇ ਤੋਂ ਆਉਂਦੇ ਵੱਡੇ ਮੁੰਡੇ ਥੰਮਣ ਵਾਲੇ ਦੇ ਵੀ ਹੁੰਦੇ ਟਿੱਬੇ ਦੇ ਵੀ ਕਥਮਣ ਵਾਲੇ ਪ੍ਰਾਇਮਰੀ ਸਕੂਲ ਸੀ tibbe ਕੋਈ ਸਕੂਲ ਨਹੀਂ ਸੀ ਰੋਡੂ ਸ਼ਾ ਦੀ ਮੰਡੀ ਹਾਈ ਸਕੂਲ ਸੀ ਚੌਥੀ ਜਮਾਤ ਤੋਂ ਬਾਅਦ ਮੁੰਡੇ ਮੰਡੀ ਪੜਨ ਚਲੇ ਜਾਂਦੇ ਕੁਝ ਮੁੰਡੇ ਹੀ ਮੰਡੀ ਪੜਦੇ ਸੀ ਸੱਤ ਮੀਲ ਤੁਰ ਕੇ ਜਾਂਦੇ tibbe ਦੇ ਮੁੰਡੇ ਵੀ ਮੰਡੀ ਪੜਦੇ ਸੀ ਉਹਨਾਂ ਨੂੰ ਤਾਂ ਨੇੜੇ ਹੀ ਸੀ ਇਸੇ ਕਰਕੇ tibbe ਦੇ ਕਈ ਮੁੰਡੇ 10ਵੀਂ ਪਾਸ ਕਰ ਗਏ ਸੀ ਜਦੋਂ ਕਿ ਥੰਮਣ ਵਾਲੇ ਦਾ ਕੋਈ 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 ਮੁੰਡਾ 10ਵੀਂ ਪਾਸ ਕਰਦਾ tibbe ਦੀਆਂ ਕੁੜੀਆਂ ਮੰਡੀ ਦੇ ਸਕੂਲ ਨਹੀਂ ਜਾਂਦੀਆਂ ਤਾ ਵਾਕੇ ਪੜਦੀਆਂ ਲੋਕਾਂ ਦਾ ਕਹਿਣਾ ਸੀ ਭਾਈ ਰਾਮਦਾਸ ਕੁੜੀ ਚਿੱਠੀ ਲਿਖਣ ਜੋਗੀ ਹੋ ਜੇ ਬਸ ਹੋਰ ਆਪਾਂ ਇਹਨੂੰ ਕਿਹੜੇ ਦਫ਼ਤਰ ਤੇ ਬਿਠਾਉਣਾ ਤੇ ਵੱਡੇ ਮੁੰਡੇ ਆਲੇ ਦੁਆਲੇ ਦੇ ਖੇਤਾਂ ਵਿੱਚ ਹੀ ਉੱਥੇ ਆ ਜਾਂਦੇ ਪੜ ਜਾਂਦੇ ਤੇ ਦੁਪਹਿਰਾ ਵੀ ਢਾਲ ਜਾਂਦੇ ਉਹਨਾਂ ਵੱਡੇ ਮੁੰਡਿਆਂ 'ਚ ਰਾਮਦਾ ਜੀ ਲੱਗਦਾ ਉਹਨੂੰ ਆਪਣਾ ਪਿਛਲਾ ਪਿੰਡ ਯਾਦ ਆਉਂਦਾ ਤੇ ਲੱਗਦਾ ਜਿਵੇਂ ਹਾਣੀ ਮੁੰਡਿਆਂ ਨਾਲ ਖੇਡ ਰਿਹਾ ਹੋਵੇ ਉਹਨੇ ਮੁੰਡਿਆਂ ਨੂੰ ਸਿਖਾਇਆ ਹੋਇਆ ਸੀ ਕਿ ਉਹਨੂੰ ਗੁਰੂ ਜੀ ਆਖਿਆ ਕਰਨ ਪਰ ਬਰਾਬਰ ਦੇ ਮੁੰਡੇ ਸੀ ਕੁਝ ਇੱਕ ਦੇ ਮੂੰਹ ਤਾਂ ਗੁਰੂ ਜੀ ਸ਼ਬਦ ਛੇਤੀ ਚੜ ਗਿਆ ਪਰ ਕੁਝ ਮੁੰਡੇ ਗੁਰੂ ਜੀ ਕਹਿਣਾ ਭੁੱਲੇ ਜਾਂਦੇ ਤੇ RAM ਨੂੰ ਯਾਰ ਕਹਿ ਕੇ ਬੁਲਾਉਂਦੇ ਬਾਲ ਉਪਦੇਸ਼ ਸਾਹਮਣੇ ਕਰਕੇ ਕੋਈ ਜਣਾ ਪੁੱਛਦਾ ਯਾਰ ਇਹ ਅੱਖਰ ਫੇਰ ਦੱਸੀ ਤੇ ਦੂਜੇ ਮੁੰਡੇ ਹੱਸ ਪੈਂਦੇ RAM ਅੰਦਰੋਂ ਬਹੁਤ ਖੁਸ਼ ਹੁੰਦਾ ਬਾਹਰੋਂ ਵੀ ਹੱਸਦਾ ਤੇ ਆਖਦਾ ਚੱਲ ਕੋਈ ਨਹੀਂ ਅੱਗੇ ਤਾਂ ਗੁਰੂ ਜੀ ਆਖਣੇ RAMਦਾਸ ਨੇ ਇੱਕ ਤਰ੍ਹਾਂ ਨਾਲ ਆਪਣਾ ਹੀ ਸੰਸਾਰ ਵਸਾ ਲਿਆ ਹੁਣ ਉਹਨੂੰ ਆਪਣਾ ਪਿੰਡ ਭੁੱਲ ਗਿਆ ਜਿਵੇਂ ਬਾਬੇ ਦੁੱਲੇ ਦੀ ਟਾਂ ਵੀ ਉਹਦਾ ਘਰ ਹੋਵੇ ਤੇ ਬਾਬਾ ਦੁੱਲਾ ਉਹਦਾ ਮਾਂ-ਬਾਪ ਇੱਕ ਦਿਨ ਸਵੇਰੇ ਸਵੇਰੇ ਬਾਬਾ ਦੁੱਲਾ ਢੋਲ ਵਜਾਉਣ ਲਈ ਖੜਾ ਹੋਇਆ ਪਰ ਉਹ ਤੂੰ ਖੜਾ ਰਿਹਾ ਨਾ ਗਿਆ ਉਹ ਬੈਠ ਗਿਆ ਖਾਸਾ ਚਿਰ ਬੈਠਾ ਰਿਹਾ RAMDAS ਉਹਦੇ ਵੱਲ ਝਾਂਕ-ਝਾਂਕ ਕੇ ਦੁਖੀ ਹੁੰਦਾ ਰਿਹਾ ਉਹਨੇ ਬਾਬੇ ਦੀਆਂ ਬਗਲਾਂ 'ਚ ਹੱਥ ਪਾ ਕੇ ਉਹਨੂੰ ਖੜਾ ਕੀਤਾ ਢੋਲ ਉਹਦੇ ਗਲ 'ਚ ਪਾਇਆ ਡੱਗਾ ਛਿਟੀ ਫੜਾ ਦਿੱਤੇ ਬਾਬੇ ਦੀਆਂ ਲੱਤਾਂ ਕੰਬ ਰਹੀਆਂ ਸਨ ਪਰ ਉਹ ਢੋਲ ਵਜਾ ਰਿਹਾ ਸੀ ਥੀਮੀ ਚਾਂਦ ਅੱਖਾਂ ਮੀਟ ਕੇ ਫਿਰ ਇੱਕ ਪਾਸੇ ਸੁੱਟ ਕੇ ਉਹ ਥੋੜਾ ਜਿਹੀ ਢੋਲ ਵਜਾ ਸਕਿਆ RAMDAS SONACHER KOL ਖੜਾ ਰਿਹਾ ਉਹਨੇ ਬਾਬੇ ਦੇ ਗਲ ਚ ਢੋਲ ਲਾ ਲਿਆ ਫਿਰ ਪੁੰਜੇ ਰੱਖ ਕੇ ਉਹ ਬਾਬੇ ਨੂੰ ਕੁਟਿਆ ਚ ਲੈ ਗਿਆ ਪਲੰਗ ਤੇ ਪਾਤਾ ਆਖਿਆ ਬਾਬਾ ਜੀ ਅੱਗੋਂ ਤੋਂ ਢੋਲ ਮੈਂ ਵਜਾਇਆ ਕਰੂੰ ਤੁਸੀਂ ਹੁਣ ਢੋਲ ਨਹੀਂ ਵਜਾ ਸਕਦੇ ਨਹੀਂ ਤੂੰ ਕਿਉਂ ਵਜਾਏਂਗਾ ਢੋਲ ਢੋਲ ਤਾਂ ਮੇਰੀ ਕਿਸਮਤ ਚ ਲਿਖਿਆ ਸੀ ਸੁਖੀ ਸੰਧੀ ਤੂੰ ਕਿਉਂ ਵਜਾਵੇਂ ਢੋਲ ਕਮਲਾ ਨਾ ਹੋਵੇ ਸਾਰਾ ਦੁੱਲੇ ਨੇ ਉਹਨੂੰ ਵਰਜ ਦਿੱਤਾ RAMDAS ਦੁੱਲੇ ਦੇ ਅੰਦਰਲੇ ਮਰਮ ਨੂੰ ਨਹੀਂ ਸਮਝ ਸਕਿਆ ਉਹਨੂੰ ਉਹਦੀ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਅਗਲੀ ਸਵੇਰ ਦੁੱਲਾ ਇੰਨਾ ਸਦਿਆਂ ਨਹੀਂ ਉੱਠ ਸਕਿਆ ਜਿੰਨਾ ਸਦਿਆਂ ਪਹਿਲਾਂ ਉੱਠਦਾ ਹੁੰਦਾ ਸੀ RAMDAS ਨੇ ਉਹਨੂੰ ਚਾਹ ਦਿੱਤੀ ਚਾਹ ਪੀਛੋਂ ਹੌਲੀ-ਹੌਲੀ ਸੋਟੀ ਫੜ ਕੇ ਖੇਤਾਂ 'ਚ ਜੰਗਲ ਪਾਣੀ ਜਾ ਆਇਆ ਜੰਗਲ ਪਾਣੀ ਜਾਣ ਵੇਲੇ ਹਮੇਸ਼ਾ ਪਾਣੀ ਦੀ ਗੜਵੀ ਨਾਲ ਲੈ ਕੇ ਜਾਂਦਾ ਗੜਵੀ ਉੱਧਰ ਹੀ ਕਿਧਰੇ ਮਾਂਜ ਕੇ ਲਿਆਉਂਦਾ ਟਾਬ ਚ ਆਪ ਤਾਂ ਉਹਨੇ ਕਦੇ ਜੰਗਲ ਵਾਲੇ ਹੱਥ ਕਾਦੀ ਧੋਣੇ ਸੀ ਹੋਰ ਲੋਕਾਂ ਨੂੰ ਵੀ ਅਜਿਆ ਕਰਨ ਤੋਂ ਵਰਜਦਾ ਟਾਬ ਚ ਪਸ਼ੂਆਂ ਨੂੰ ਵੜਨ ਨਾ ਦਿੰਦਾ ਪੱਤਣ ਤੇ ਖੜ ਕੇ ਹੀ ਪਸ਼ੂ ਪਾਣੀ ਪੀਂਦੇ ਬਲ ਦੂਠ ਮੱਝਾਂ ਗਊਆਂ ਤੇ ਬੱਕਰੀਆਂ ਭੇਟਾਂ ਜੇ ਕਿਸੇ ਦੀ ਮੱਝ ਮੱਲੂ ਮਲੀ ਟਾਬ ਚ ਵੜ ਜਾਂਦੀ ਤਾਂ ਦੁੱਲਾ ਮਾਲਕ ਨੂੰ ਮੱਝ ਛੇਤੀ ਬਾਹਰ ਕੱਢਣ ਦੀ ਆਖਦਾ ਤੇ ਅਗਲੇ ਨੂੰ ਬੁਰਾ ਭਲਾ ਵੀ ਬੋਲ ਜਾਂਦਾ ਉਟਾਬ ਨੂੰ ਗੋਹੇ ਮੋਤ ਤੋਂ ਪਵਿੱਤਰ ਰੱਖਣਾ ਚਾਹੁੰਦਾ ਸੀ ਪਰ ਕਦੇ-ਕਦੇ ਅਵੱਗਿਆ ਹੋ ਜਾਂਦੀ ਪਸ਼ੂ ਕਿਹੜਾ ਮਨੁੱਖ ਹੁੰਦੇ ਐ ਅਵੱਗਿਆ ਤਾਂ ਮਨੁੱਖ ਵੀ ਕਰ ਜਾਂਦੇ ਐ ਉਸ ਸਿੰਦੁੱਲੇ ਨੇ ਢੋਲ ਨਹੀਂ ਵਜਾਇਆ ਖੂਹੀ ਦੇ ਕੁੰਡ ਚੋਂ ਪਾਣੀ ਲੈ ਕੇ ਗੜਵੀ ਧੋਤੀ ਹੱਥ ਧੋਲੇ ਗੜਵੀ ਦੇ ਪਾਣੀ ਨਾਲ ਮੂੰਹ ਧੋ ਲਿਆ ਪਾਣੀ ਦੀ ਗੜਵੀ ਲੈ ਕੇ ਉਹਨੇ ਕੁਟਿਆਵਲ ਜਾਣਾ ਸੀ ਪੱਟਾ ਆਪਣੀਆਂ ਪੌੜੀਆਂ ਤੇ ਜਾ ਬੈਠਾ ਢਾਬ ਦੇ ਪਾਣੀ ਵੱਲ ਨੀਝ ਲਾ ਕੇ ਦੇਖ ਰਿਹਾ ਸੀ ਉਹਦੀ ਨਿਗਾਹ ਕਾਇਮ ਸੀ ਪਾਣੀ ਵੱਲ ਵੇਖਦੇ-ਵੇਖਦੇ ਉਹਨੂੰ ਲੱਗਿਆ ਜਿਵੇਂ ਢੋਲ ਵੱਜ ਰਿਹਾ ਹੋਵੇ। ਉਹਨੇ ਅੱਖਾਂ ਮੀਟ ਲਈਆਂ, ਸਿਰ ਇੱਕ ਪਾਸੇ ਸੁੱਟ ਲਿਆ। ਟਾਪ ਦੇ ਪਾਣੀ 'ਚ ਉਹਨੂੰ ਮਨੁੱਖੀ ਚਿਹਰੇ ਨਜ਼ਰ ਆਉਣ ਲੱਗੇ। ਚਿਹਰੇ ਦਿਸਦੇ ਗਾਇਬ ਹੋ ਜਾਂਦੇ। ਕੋਈ ਕੋਈ ਚਿਹਰਾ ਸਾਹਮਰ ਤੱਕ ਸਰਦਾਰੋ ਦਾ ਚਿਹਰਾ ਹੁੰਦਾ। ਦੁੱਲੇ ਦਾ ਦਿਲ ਕਰਦਾ ਉਹ ਚਿਹਰਾ ਉਹਨੂੰ ਖਾਸਾ ਚਿਰ ਦਿਸਦਾ ਰਹੇ ਪਰ ਨਹੀਂ। ਉਹ ਚਿਹਰਾ ਦੂਜੇ ਚਿਹਰਿਆਂ ਵਾਂਗ ਹੀ ਪਲ ਛਿੰਨ ਲਈ ਆਪਣੀ ਝਲਕ ਵਿਖਾਉਂਦਾ ਤੇ ਲੋਪ ਹੋ ਜਾਂਦਾ। ਦੁੱਲੇ ਨੇ ਖਿੱਚ ਕੇ ਅੱਖਾਂ ਖੋਲੀਆਂ। ਟਾਪ 'ਚ ਕੁਝ ਵੀ ਨਹੀਂ ਸੀ। ਨਰਮਲ ਜਲਸੀ ਉਹ ਪੌੜੀਆਂ ਉੱਤੋਂ ਉੱਠਿਆ ਤੇ ਮਿੱਟੀ ਦੇ ਕੱਚੇ ਡਲੇ ਚੁੱਕ ਲਿਆ ਆ ਡਲਾ ਭੰਨ ਕੇ ਨਿਕੀਆਂ ਨਿਕੀਆਂ ਡਲੀਆਂ ਬਣਾਈਆਂ ਇੱਕ ਡਲੀ ਪਾਣੀ 'ਚ ਦੂਰ ਵਗਾ ਮਾਰਦਾ ਪਾਣੀ 'ਚ ਟੋਆ ਪੈਂਦਾ ਫਿਰ ਪਾਣੀ ਦੀਆਂ ਲਹਿਰਾਂ ਬਣ ਜਾਂਦੀਆਂ ਪਾਣੀ ਨੂੰ ਛੇੜ ਕੇ ਦੁੱਲੇ ਨੂੰ ਮਜ਼ਾ ਆਉਂਦਾ ਸੀ ਬਾਬੇ ਨੂੰ ਇੰਜ ਕਰਦੇ ਆ ਰਾਮਦਾਸ ਨੇ ਦੇਖਿਆ ਨਹੀਂ ਸੀ ਧੰਨੇ ਨੇ ਵੀ ਨਹੀਂ ਦੇਖਿਆ ਸੀ ਨਾ ਉਹ ਹੋਰ ਕਿਸੇ ਨੇ ਕੋਈ ਦੇਖਦਾ ਤਾਂ ਬਾਬਾ ਉੱਤੇ ਹੱਸਦਾ ਜ਼ਰੂਰ ਕੋਈ ਦੇਖਦਾ ਤਾਂ ਉਹਨੂੰ ਬਾਬੇ ਦੇ ਮਨ ਦੀ ਕੀ ਸਮਝ ਆਉਂਦੀ ਭਲਾ ਖੂਹੀ ਦਾ ਪਾਣੀ ਉਹਨੇ ਟਾਬ ਚ ਡੋਲ ਦਿੱਤਾ ਤੇ ਟਾਬ ਚੋਂ ਨਵੇਂ ਪਾਣੀ ਦੀ ਗੜਵੀ ਭਰ ਲਈ ਉੱਠ ਕੇ ਹੌਲੀ-ਹੌਲੀ ਕੁਟਿਆ ਚ ਆ ਗਿਆ ਕੁਟਿਆ ਦੀਆਂ ਕੰਧਾਂ ਉੱਤੇ ਬਾਹਰੋਂ ਧੁੱਪ ਪੈ ਰਹੀ ਸੀ ਕੁਟਿਆ ਤੋਂ ਬਾਹਰ ਦਰਖਤਾਂ ਦੇ ਪੱਤੇ ਹਿਲਦੇ ਤਾਂ ਅੰਦਰ ਕੰਧਾਂ ਉੱਤੇ ਆਕਾਰ ਬਣਨ ਲੱਗਦੇ ਇਸ ਧੁੱਪ ਛਾਂ ਦੀ ਖੇਡ ਵਿੱਚ ਮਨੁੱਖੀ ਚਿਹਰੇ ਆਉਂਦੇ ਦੁੱਲੇ ਨੂੰ ਔਰਤ ਦਾ ਚਿਹਰਾ ਪੜਿਆਂ ਦਿਸਦਾ ਕਦੇ-ਕਦੇ ਚਿਹਰਾ ਸਾਮਰ ਤੱਕ ਸਰਦਾਰੋ ਦਾ ਚਿਹਰਾ ਹੁੰਦਾ ਦੁੱਲਾ ਉਹਨਾਂ ਇਨ੍ਹਾਂ ਪਰਛਾਵਿਆਂ ਦੀ ਖੇਤ ਦੇਖਦਾ ਰਿਹਾ ਜਦੋਂ ਤੱਕ ਸੂਰਜ ਉੱਚਾ ਨਹੀਂ ਚਲਾ ਗਿਆ ਟਿੱਬੇ ਦੇ ਲੋਕਾਂ 'ਚ ਬਹਿਸ ਛਿੜੀ ਰਹੀ ਕੋਈ ਕਹਿੰਦਾ ਅੱਜ ਢੋਲ ਵੱਜਿਆ ਕੋਈ ਕਹਿੰਦਾ ਅਸੀ ਅੱਜ ਢੋਲ ਨਹੀਂ ਵੱਜਿਆ ਸੁਣਨ ਵਾਲੇ ਆਖਦੇ ਸੀ ਸਾਡੇ ਵੀ ਜਾਂਰ ਕੰਨ ਨੇ ਆਪ ਸੁਣਿਆ ਸੀ ਢੋਲ ਨਾ ਸੁਣਨ ਵਾਲੇ ਆਖਦੇ ਤੇਰੇ ਕੰਨ ਬੋਲਦੇ ਹੋਣਗੇ ਭਾਈ ਟੋਲ ਅੱਜ ਨਹੀਂ ਵੱਜਿਆ ਥੰਮਣ ਵਾਲੇ ਤੱਕ ਕਈ ਦਿਨਾਂ ਤੋਂ ਢੋਲ ਨਹੀਂ ਸੁਣਿਆ ਬਾਬੇ ਦੇ ਡੱਗੇ 'ਚ ਹੁਣੋਂ ਜ਼ੋਰ ਨਹੀਂ ਰਹਿ ਗਿਆ ਸੀ ਕਿ ਢੋਲ ਦੀ ਆਵਾਜ਼ ਥੰਮਣ ਵਾਲੇ ਤੱਕ ਪਹੁੰਚੇ ਇਧਰਲੇ ਖੇਤਾਂ ਵਾਲੇ ਢੋਲ ਜ਼ਰੂਰ ਸੁਣਦੇ ਤੇ ਜੇ ਕਦੇ ਕੋਈ ਉਸ ਸਮੇਂ ਖੇਤ ਆਇਆ ਹੁੰਦਾ ਟਿੱਬੇ ਦੇ ਲੋਕ ਦੁੱਲੇ ਦੀ ਖਬਰ ਸਾਰ ਨੂੰ ਆਉਂਦੇ ਆਖਦੇ ਤਾਂ ਕਦੇ ਸੁਣਿਆ ਹੀ ਨਹੀਂ ਕਿ ਬਾਬੇ ਦਾ ਢੋਲ ਨਾ ਵੱਜਦਾ ਹੋਵੇ ਜ਼ਰੂਰ ਢੱਲਾ ਮੱਠਾ ਹੋਣਾ ਹੈ ਬਾਬਾ ਚੱਲੀਏ ਬਈ ਪਤਾ ਕਰੀਏ ਦੁੱਲੇ ਦਾ ਸਰੀਰ ਥਿਗ ਗਿਆ। ਉਹਦੇ ਬੋਲ 'ਚ ਵੀ ਉਹ ਬਰਕਤ ਨਹੀਂ ਰਹਿ ਗਈ ਸੀ। ਥੰਮਣ ਵਾਲੇ ਦੇ ਬੰਦੇ ਵੀ ਉਹਨੂੰ ਪਤਾ ਲੈਣ ਆਉਂਦੇ। ਉਹ ਹੌਲੀ-ਹੌਲੀ ਤੇ ਰੁੱਕ-ਰੁੱਕ ਕੇ ਗੱਲਾਂ ਕਰਦਾ। ਆਪਣੀ ਜਾਨ 'ਚ ਆਪਣੇ ਆਪ ਨੂੰ ਅਜੇ ਤੱਕੜਾ ਦੱਸਦਾ। ਲੋਕ ਪੁੱਛਦੇ, "ਬਾਬਾ ਕੋਈ ਡਾਕਟਰ ਲੈ ਕੇ ਆਈਏ?" "ਟੀਕੇ 2ਕੇ ਲੱਗ ਜਾਣਗੇ, ਤਾਕਤ ਪੈ ਜਾਊਗੀ ਸਰੀਰ 'ਚ।" ਉਹ ਜਵਾਬ ਦਿੰਦਾ, "ਨਾ, ਡਾਕਟਰ ਦਾ ਹੱਥ ਨਹੀਂ ਲਵਾਉਣਾ। ਮੈਂ ਸਾਰੀ ਉਮਰ ਕਦੇ ਕਿਸੇ ਤੋਂ ਦਵਾਈ ਨਹੀਂ ਲਈ।" ਉਹਨਾਂ ਕੰਨਾਂ ਮੈਂ ਆਪਣਾ ਨੇਮ ਤੋੜਨਾ। ਤਿੱਬੇ ਦੇ ਲੋਕਾਂ ਨੂੰ ਤੇ ਇੱਧਰਲੇ ਖੇਤਾਂ 'ਚ ਕੰਮ ਕਰਦੇ ਥੰਮਣ ਵਾਲੇ ਦੇ ਬੰਦਿਆਂ ਨੂੰ ਲੱਗਦਾ ਜਿਵੇਂ ਟਾਪ ਦੇ ਢੋਲ ਵੱਜਦਾ ਹੋਵੇ। ਅਸਲ 'ਚ ਸੱਚੀ ਉਹਨਾਂ ਦੇ ਕੰਨ ਬੂੰਦਦੇ ਸੀ। ਢੋਲ ਕਿਧਰੇ ਕੰਨ ਨੂੰ ਵੱਜਦਾ ਸੀ। RAMDAS ਦੁੱਲੇ ਦੀ ਬਹੁਤ ਸੇਵਾ ਸੰਭਾਲ ਕਰਦਾ। ਉਹਨਾਂ ਕੁਟਿਆ 'ਚੀ ਪਲੰਗ 'ਤੇ ਪਿਆ ਰਹਿੰਦਾ। ਉੱਠ ਬੈਠ ਸਕਦਾ ਸੀ, ਤੜਕੇ ਉੱਠ ਕੇ ਜੰਗਲ ਪਾਣੀ ਜਾ ਆਉਂਦਾ। ਚਾਪੀ ਕੇ ਫੇਰ ਕੁਝ ਦਮ ਲੈਂਦਾ ਗਰਮ ਪਾਣੀ ਨਾਲ ਨਹਾ ਲੈਂਦਾ ਨਾ ਕੇ ਰੱਬ ਦਾ ਨਾਮ ਲੈਂਦਾ ਖਾਸਾ ਦਿਨ ਝੜ ਹੁੰਦਾ ਤਾਂ ਦੁੱਧ ਚ ਰਿੰਨਿਆ ਪੁੰਨੀ ਕਣਕ ਦਾ ਦਲੀਆ ਖਾਂਦਾ ਖਾਣਾ ਕੀ ਬਸ ਬਾਟੀ ਨੂੰ ਮੂੰਹ ਲਾ ਕੇ ਪੀ ਲੈਂਦਾ ਪਤਲਾ ਦਲੀਆ ਬਣਾਉਂਦਾ ਕਦੇ ਕਦੇ ਲਾਵਸੀ ਪੀਂਦਾ ਦੇਸੀ ਕਿਉ ਚਾਟਾ ਭੁੰਨ ਕੇ ਵਿੱਚ ਖੰਡ ਪਾ ਕੇ ਬਣਾਈ ਹੁੰਦੀ ਹੈ ਲਾਵਸੀ ਕਈ ਸਾਲਾਂ ਤੋਂ ਉਹਦਾ ਸੁਭਾਅ ਸੀ ਉਹ ਅੱਠ ਪੈਰੀ ਰੋਟੀ ਖਾਂਦਾ ਹੁਣ ਵੀ ਦਲੀਆ ਜਾਂ ਲਾਬਸੀ ਇੱਕੋ ਵੇਲੇ ਲੈਂਦਾ। ਰਾਤ ਨੂੰ ਥੋੜਾ ਜਿਹਾ ਦੁੱਧ ਪੀ ਲੈਂਦਾ। ਇੰਨੀ ਉਹਦੀ ਖੁਰਾਕ ਰਹਿ ਗਈ ਸੀ। ਇੱਕ ਦਿਨ ਉਹਦੇ ਚਿੱਤ 'ਚ ਕੀ ਆਈ, RAMDAS ਨੂੰ ਕਹਿਣ ਲੱਗਾ, "ਰਾਮ, ਓਏ ਭਾਈ RAM, ਢੋਲ ਦੀਆਂ ਡੋਰਾਂ ਕੱਸ। ਕਿਉਂ ਬਾਬਾ ਜੀ? ਅੱਜ ਕਰਦਾ ਚਿੱਤ ਢੋਲ ਵਜਾਉਣ ਨੂੰ। ਮੈਥੋਂ ਤਾਂ ਕਿੱਥੋਂ ਵਜਾਇਆ ਜਾਊ, ਮੈਂ ਤਾਂ ਆਪ ਹੀ ਆ ਹਾਂ। ਮੈਥੋਂ ਆਪਣਾ ਆਪ ਤਾਂ ਮਸਾਂ ਚੱਕਿਆ ਜਾਂਦਾ ਢੋਲ ਕੀ ਚੱਕੂ ਮੈਂ। ਹੋਰ ਫਿਰ ਡੋਰਾਂ ਕਿਉਂ ਕੱਸਣੀਆਂ ਨੇ? ਅੱਜ ਤੂੰ ਵਜਾ ਢੋਲ ਮੈਂ ਸੁਣੂੰਗਾ।" ਜਦੋਂ ਦੁੱਲਾ ਢੋਲ ਵਜਾਉਂਦਾ ਹੁੰਦਾ RAMDAS ਤਾਲ ਨਾਲ ਤਾਲ ਮਿਲਾ ਕੇ ਆਪਣੇ ਦੋਵੇਂ ਹੱਥਾਂ ਦੀਆਂ ਉਂਗਲਾਂ ਕਿਸੇ ਚੀਜ਼ ਤੇ ਮਾਰਦਾ ਰਹਿੰਦਾ ਉਹਨੂੰ ਢੋਲ ਦੀ ਤਾਲ ਆਉਂਦੀ ਸੀ ਦੋ ਚਾਰ ਵਾਰ ਉਹਨੇ ਡੱਗਾ ਛਿਟੀ ਲੈ ਕੇ ਬਾਬੇ ਦੇ ਚੋਰੀਆਂ ਢੋਲ ਵਜਾਇਆ ਵੀ ਸੀ ਖੱਬੇ ਹੱਥ 'ਚ ਛਿਟੀ ਚੰਗੂ ਫੜੀ ਸੀ ਤੇ ਅੱਜ ਜਦੋਂ ਦੁੱਲੇ ਨੇ ਆਖਿਆ ਤਾਂ ਉਹਨੇ ਡੋਰਾਂਕਾ ਸਕੇ ਢੋਲ ਗੱਲ 'ਚ ਪਾ ਲਿਆ ਦੁੱਲੇ ਵਾਂਗੀ ਛਿਟੀ ਦੀ ਤਰੜ ਤਰੜ ਕਰਕੇ ਡੱਗਾ ਮਾਰਿਆ ਤੇ ਫੇਰ ਚੱਲ ਸੋ ਚੱਲ ਮੀ ਵਾਰਨ ਲਾਤਾ ਉਹਦਾ ਢੋਲ ਜ਼ਰੂਰ ਦੋਵਾਂ ਪਿੰਡਾਂ ਚ ਸੁਣਿਆ ਹੋਵੇਗਾ ਅੱਸੂ ਦੇ ਨਰਾਤੇ ਸੀ ਠਾਰੇ ਉੱਤਰ ਆਈ ਸੀ ਕਿਸਾਨ ਲੋਕ ਕਣਕਾਂ ਵੇਜਣ ਲਈ ਵਾਹਣ ਬਾਜ਼ ਸਵਾਰ ਰਹੇ ਸੀ ਕਿਸੇ ਨੂੰ ਵਹਿਲ ਨਹੀਂ ਸੀ ਢਾਬ ਦੇ ਲੋਕ ਘਾਟੀ ਆਉਂਦੇ ਜਿੱਥੋਂ ਤੱਕ ਵੀ ਢੋਲ ਦੀ ਆਵਾਜ਼ ਪਹੁੰਚੀ ਹੋਏਗੀ ਜਿਸ ਕਿਸੇ ਨੇ ਵੀ ਆਵਾਜ਼ ਸੁਣੀ ਹੋਏਗੀ ਉਹ ਬਹੁਤ ਖੁਸ਼ ਹੋਇਆ ਹੋਵੇਗਾ ਕਿ ਬਾਬਾ ਦੁੱਲਾ ਫੇਰ ਤਰਾਂਗੇ ਚ ਆ ਗਿਆ ਰਾਮਦਾਸ ਬੜੀ ਤੇਜ਼ੀ ਨਾਲ ਢੋਲ ਵਜਾ ਰਿਹਾ ਸੀ ਦੁੱਲੇ ਵਾਂਗੇ ਅੱਖਾਂ ਮੀਟ ਕੇ ਸਿਰ ਨੂੰ ਇੱਕ ਪਾਸੇ ਸੁੱਟ ਕੇ ਤੇ ਫਿਰ ਉਹਨੇ ਢੋਲ ਬੰਦ ਕਰ ਦਿੱਤਾ ਥੱਲੇ ਰੱਖਿਆ ਦੁੱਲੇ ਨੇ ਪੁੱਛਿਆ ਕਿਉਂ ਬਾਬਾ ਜੀ ਕਿਵੇਂ ਹੈ ਠੀਕ ਵਜਾਇਆ ਢੋਲ ਮੈਂ ਦੁੱਲਾ ਪਲੰਘ ਤੇ ਸ਼ਾਂਤ ਚਿਤ ਹੋਇਆ ਪਿਆ ਸੀ ਸਿੱਧਾ ਸਤੋਲ ਉਹ ਬੋਲਿਆ ਨਹੀਂ ਰਾਮਦਾਸ ਨੇ ਫੇਰ ਕਿਹਾ ਬੋਲੇ ਨਹੀਂ ਬਾਬਾ ਜੀ ਦੁੱਲਾ ਫੇਰ ਚੁੱਪ ਰਾਮਦਾਸ ਦੇ ਮਨ 'ਚ ਪਤਾ ਨਹੀਂ ਕੀ ਸ਼ੰਕਾ ਜਾਗੀ ਉਹਨੇ ਦੁੱਲੇ ਦਾ ਪੈਰ ਦਾ ਅੰਗੂਠਾ ਫੜ ਕੇ ਦੱਬਿਆ ਉਹ ਫਿਰ ਵੀ ਨਹੀਂ ਬੋਲਿਆ ਅੱਖਾਂ ਪਹਿਲਾਂ ਹੀ ਬੰਦ ਸੀ RAMDAS ਨੇ ਫਿਰ ਉਹਦੀ ਛਾਤੀ ਝੰਡੋੜੀਓ ਫਿਰ ਵੀ ਨਹੀਂ ਬੋਲਿਆ ਨਾ ਹਿੱਲਿਆ ਦੁੱਲਾ ਇੱਥੇ ਕਿੱਥੇ ਸੀ ਇੱਥੇ ਤਾਂ ਉਹਦਾ ਸਿਰਫ ਸਰੀਰ ਸੀ ਅੰਗ 19ਵਾਂ ਲੇਲ ਖੁਰਦ ਪਿੰਡ ਸੁਨਾਮ ਵੱਲ ਲਹਰੇ ਗਾਗੇ ਕੋਲ ਹੈ ਲਹਰੇ ਗਾਗੇ ਤੋਂ ਸਿਰਫ 1.5 ਮੀਲ ਦੂਰ ਇਸ ਪਿੰਡ ਦੇ ਲੋਕ ਬੰਗਰੂ ਬੋਲੀ ਬੋਲਦੇ ਆ ਤੇ ਪੰਜਾਬੀ ਵੀ ਬਾਹਰੋਂ ਆਏ ਬੰਦਿਆਂ ਨਾਲ ਪੰਜਾਬੀ ਬੋਲਣਗੇ ਤੇ ਆਪੇ ਵਿੱਚ ਬੰਗਰੂ ਬੋਤਰੇ ਪਹਿਲਾਂ ਮੈੰਗਲ ਇੱਥੇ ਆਪਣੇ ਵੱਡੇ ਭਰਾ ਧੌਂਕਲ ਨਾਲ ਆਇਆ ਸੀ ਪਿੰਡਾਂ 'ਚ ਫਿਰ ਤੁਰ ਕੇ ਉਹਨੇ ਕਈ ਊਠ ਤੇ ਉੱਠਣੀਆਂ ਖਰੀਦੀਆਂ ਸੀ ਉਹਨਾਂ ਦਿਨਾਂ 'ਚ ਊਠਾਂ ਦੇ ਵਪਾਰ 'ਚ ਧੌਂਕਲ ਦੀ ਪੂਰੀ ਚੜਤ ਸੀ ਪਿੰਡਾਂ 'ਚ ਜਾਂਦਾ ਤਾਂ 100 100 ਦੇ ਨੋਟਾਂ ਦੀ ਬਸਣੀ ਲੱਖ ਨਾਲ ਬੰਨ ਕੇ ਲੈ ਜਾਂਦਾ ਲੇਲ ਖੁਰ ਤੋਂ ਉਹਨਾਂ ਦੇ ਉਹਨਾਂ ਨੇ ਦੋ ਊਠ ਖਰੀਦੇ ਸੀ ਮੋਰਨੀਆਂ ਵਰਗੇ ਇੱਕ ਘਰ ਦਾ ਮੰਗਲ ਨੂੰ ਧੁੰਦਲਾ ਜਿਹਾ ਚੇਤਾ ਸੀ ਇੰਨਾ ਪੱਕਾ ਵਿਸ਼ਵਾਸ ਸੀ ਕਿ ਘਰ ਦਾ ਮਾਲਕ ਸੁਭਾਅ ਦਾ ਬਹੁਤ ਚੰਗਾ ਸੀ ਤੇ ਜੇ ਉਹ ਅਜੇ ਵੀ ਉਠਾਂ ਦਾ ਵਪਾਰ ਕਰਦਾ ਹੋਇਆ ਤਾਂ ਉਹਦੇ ਘਰ رہ ਸਕਣਗੇ ਮੰਗਲ ਉਹਦੇ ਉਠ ਸੰਭਾਲੇਗਾ ਤੇ ਸਰਦਾਰ ਉਹਨਾਂ ਦਾ ਘਰ ਦਾ ਕੰਮ ਕਰੇਗੀ ਅੰਦਾਜ਼ਾ ਜਿਹਾ ਲਾ ਕੇ ਉਹ ਗਏ ਜਵਾਲਾ ਸਿੰਘ ਘਾਰੀ ਸੀ ਮੰਗਲ ਨੇ ਸੱਸੀ ਕਾਲ ਬੁਲਾਈ ਫਿਰ ਮੁਸਕਰਾ ਕੇ ਪੁੱਛਿਆ ਪਛਾਣਿਆ ਮੈਨੂੰ ਗੱਭਰੂ ਆ ਕਦੇ ਦੇਖਿਆ ਤਾਂ ਹੈ ਤੈਨੂੰ ਕਿੱਥੇ ਦੇਖਿਆ ਤਾਂ ਨਹੀਂ ਪਤਾ ਨਿਉ ਨਹੀਂ ਪਤਾ ਈਬ ਜਵਾਲਾ ਸਿੰਘ ਨੇ ਬਾਂਗਰੂ ਅਦਾਸ ਚ ਜਵਾਬ ਦਿੱਤਾ ਅਸੀਂ ਦੋ ਜਣੇ ਆਏ ਸੀ ਊਠ ਲੈ ਗਏ ਸੀ ਮੇਰਾ ਵੱਡਾ ਭਾਈ ਸੀ ਮੇਰੇ ਨਾਲ ਹਾਂ ਹਾਂ ਆਏ ਤੇ ਬਾਈ ਬਰਨਾਲੇ ਕੋਲ ਕੇ ਬੰਦੇ ਆਏ ਤੇ ਹਾਂ ਉਹੀ ਹਮੈਂ ਇਹ ਮੇਰੀ ਘਰ ਵਾਲੀ ਹੈ ਭਾਈ ਨਾਲ ਲੜਾਈ ਹੋ ਗਈ ਪਰ ਸੈਂ ਸਮਝ ਕਰੋ ਹੀ ਕੱਢਤਾ ਸਾਨੂੰ ਮੈਂਗਲ ਆਪਣਾ ਸੰਗ ਪਾਰਾ ਕਰੀ ਖੜਾ ਸੀ ਜਵਾਲਾ ਸਿੰਘ ਨੇ ਉਹਨਾਂ ਨੂੰ ਮੰਜਿਆਂ ਤੇ ਬਿਠਾਇਆ ਪਾਣੀ ਦਿੱਤਾ ਤੇ ਫਿਰ ਹਵਾ ਚੱਲਣ ਨੂੰ ਪੱਖੀਆਂ ਦਿੱਤੀਆਂ ਮੌਸਮ ਅਜਿਹਾ ਸੀ ਕਿ ਸਰੀਰ ਦੇ ਜਿਸ ਹਿੱਸੇ ਤੇ ਹਵਾ ਲੱਗਦੀ ਆਰਾਮ ਰਹਿੰਦਾ ਦੂਜੇ ਪਾਸੇ ਮੁੜ ਕੇ ਦੀਆਂ ਤਾਂ ਧੀਰੀਆਂ ਵਗਈ ਜਾਂਦੀਆਂ ਕਈ ਦਿਨਾਂ ਤੋਂ ਪੂਰਾ ਵਗ ਰਿਹਾ ਸੀ ਪਰ ਮੀਂਹ ਨਹੀਂ ਸੀ ਚੜਦਾ ਫਿਰ ਉਹਨਾਂ ਨੂੰ ਚਾਹ ਦਿੱਤੀ ਭੁੱਖੇ ਸੀ ਉਡੀਕ ਰਹੇ ਸੀ ਜਵਾਲਾ ਸਿੰਘ ਕਦੋਂ ਰੋਟੀ ਨੂੰ ਪੁੱਛੇਗਾ ਕੁੱਚਰ ਉਹ ਗੱਲਾਂ ਕਰਦੇ ਰਹੇ ਮੰਗਲ ਨੇ ਜਾਣਨਾ ਚਾਹਿਆ ਵੀ ਉਹ ਹੁਣ ਉਹਨਾਂ ਦਾ ਵਪਾਰ ਕਰਦਾ ਜਾਂ ਨਹੀਂ ਕੀ ਹੈ ਇਹ ਕੰਮ ਛੱਡ ਦਿੱਤਾ ਹੋਵੇ ਉਨੇ ਵੀ ਧੌਂਕਲ ਤੇ ਦੁੱਲੇ ਵਾਂਗ ਪੁੱਛਿਆ ਕਿੰਨੇ ਪਸ਼ੂ ਨੇ ਹੁਣ ਫੇਰ 27 ਬੋਤੇ ਆਰ 5 ਬੋਤੀਆਂ 32 ਨਗਨੇ ਐਤਕੀ ਮੈਂ ਮੁਕਸਰ ਕੀ ਮੰਡੀ ਪਰ ਗਿਆ ਔਠੇ ਤੇ ਵੱਧ ਦਵੱਧ ਪਸ਼ੂ ਆ ਗਏ ਅੱਗੇ ਰੋਤਣ ਵਾਲੀ ਐ ਚੰਗੇ ਪੈਸੇ ਵੰਟ ਲਿਆਂਗੇ ਜਵਾਲਾ ਸਿੰਘ ਖੁਸ਼ ਸੀ ਇੰਨੇ ਪਸ਼ੂ ਤਾਂ ਬਹੁਤ ਨੇ ਇੰਨੇ ਕਿਹਦੇ ਕੋਲ ਹੁੰਦੇ ਆ ਫੇਰ ਤਾਂ ਰੰਗ ਲੱਗਿਆ ਵੇ ਮਹੰਗਲ ਵੀ ਖੁਸ਼ ਹੋਇਆ ਉਹਨੂੰ ਆਸ ਵੱਧ ਗਈ ਵੀ ਹੁਣ ਉਹਨਾਂ ਦਾ ਗੁਜ਼ਾਰਾ ਹੋ ਜਾਏਗਾ ਦੁਪਹਿਰ ਹੋਣ ਵਾਲੀ ਸੀ ਉਹਨਾਂ ਦੇ ਘਰ ਰੋਟੀ ਪੱਕ ਰਹੀ ਸੀ ਜਵਾਲਾ ਸਿੰਘ ਪਹਿਲਾਂ ਹੀ ਸਮਝ ਗਿਆ ਸੀ ਵੀ ਇਹ ਰੋਟੀ ਵੇਲੇ ਆਏ ਆ ਰੋਟੀ ਖਾਣਗੇ ਉਹ ਕਿਸੇ ਵੇਲੇ ਅੰਦਰ ਜਾ ਕੇ ਰੋਟੀ ਨੂੰ ਕਹਿ ਆਇਆ ਹੋਏਗਾ ਉਹਦੀਆਂ ਪੋਤ ਨੂੰ ਆ ਥਾਲੀਆਂ 'ਚ ਰੋਟੀ ਪਾ ਕੇ ਲਿਆਈਆਂ ਉਹਨਾਂ ਨੂੰ ਮੰਜਿਆਂ ਤੇ ਬੈਠਿਆਂ ਨੂੰ ਇੱਕ ਇੱਕ ਥਾਲੀ ਫੜਾਤੀ ਮਗਰੋਂ ਪਾਣੀ ਦੇ ਗਲਾਸ ਵੀ ਰੱਖ ਗਈਆਂ ਪੋਤ ਨੂੰ ਕੁੰਡ ਵਿੱਚ ਦੀ ਸਰਦਾਰੋਂ ਨੂੰ ਚੰਗੀ ਤਰ੍ਹਾਂ ਨਿਰਖ ਪਰਖ ਗਈ ਸੀ ਉਮਲਵਈ ਪਿੰਡਾਂ ਦੀ ਧੀ ਸੀ ਜਾ ਕੇ ਸਾਸ ਨੂੰ ਕਹਿਣ ਲੱਗੀ ਉਪਰੀ ਜੀ ਲੱਗੀ ਮੈਨੂੰ ਤਾਂ ਜਾਨੀ ਦੀ ਆਪਣੇ ਕੰਨੀ ਜੀ ਤਾਂ ਲੱਗਦੀ ਨਹੀਂ ਬੰਦੇ ਦਾ ਕੀ ਪਤਾ ਹੈ ਭਈਆ ਭਈਆ ਕੌਣ ਸੀ ਜਾਤ ਕਹੇ ਜਾਣ ਲੱਗੇ ਸੈ ਮਾਂ ਉਹ ਤਾਂ ਕੁੜੀ ਬੋਲੀ ਪੁੱਤ ਨੂੰ ਹੋਰ ਰੋਟੀਆਂ ਲੈ ਕੇ ਆਈ ਸਰਦਾਰੋਂ ਨੇ ਨਾ ਆਖ ਦਿੱਤੀ ਮੈੰਗਲ ਨੇ ਦੋ ਰੋਟੀਆਂ ਧਰਾਲੀਆਂ ਕੜੀ ਵੀ ਹੋਰ ਮੰਗੀ ਰੋਟੀ ਪਿੱਛੇ ਜਵਾਲਾ ਸਿੰਘ ਮੈੰਗਲ ਨੂੰ ਬੈਠਕ 'ਚ ਲੈ ਗਿਆ ਸਰਦਾਰੋਂ ਕੁੜੀਆਂ ਬੁੜੀਆਂ 'ਚ ਜਾ ਬੈਠੀ ਤੇ ਗੱਲਾਂ ਕਰਨ ਲੱਗੀ ਪਰ ਉਹਦੇ ਚਿਹਰੇ ਮੋਰੀਵਲ ਦੇਖ ਰਹੀਆਂ ਸਨ ਉਹਦੇ ਸੱਜੇ ਹੱਥ ਉਤੇ ਖੁਣੀ ਨਿੱਕੀ ਜੀ ਮੋਰਨੀ ਉਹਨੂੰ ਛੱਕਾਂ ਚ ਪਾ ਰਹੀ ਸੀ ਕੁੜੀ ਨੇ ਨਿਸ਼ੰਘੋ ਕੇ ਪੁੱਛ ਲਿਆ ਤੁਸੀਂ ਕੌਣ ਹੋ ਨ ਅਸੀਂ ਜਾਟਾਂ ਹੋਰ ਕੌਣ ਸਰਦਾਰ ਉਹ ਹੱਸ ਪਈ ਉਹਦੇ ਦੰਦ ਬਹੁਤ ਚਿੱਟੇ ਸੀ ਨਿੱਖਰਵੇਂ ਸੋਹਣੇ ਕਾਲੀਆਂ ਅੱਖਾਂ ਜਿਵੇਂ ਬਲਦੀਆਂ ਹੋਣ ਉਹ ਚੁੱਪ ਹੋ ਗਈਆਂ ਸੋਚਿਆ ਹੋਵੇਗਾ ਉਧਰ ਦੀਆਂ ਕੁੜੀਆਂ ਬਹੂਆਂ ਹੱਥਾਂ ਤੇ ਮੋਰਨੀਆਂ ਚੰਦ ਸਾ ਪਾ ਮੀਖਣ ਵਾਲੰਦੀਆਂ ਹੋਣਗੀਆਂ ਇਧਰ ਵੀ ਤਾਂ ਜਿਆ ਕਰਦੀਆਂ ਸਰਦਾਰੋ ਦੇ ਸਿਰ ਤੇ ਮੀਡੀਆਂ ਕੁਝ ਵੱਧ ਸੀ ਉਹਨਾਂ ਦਾ ਨਿਸ਼ਚਾ ਬਣਿਆ ਉਧਰ ਇੰਨੀਆਂ ਮੀਡੀਆਂ ਹੀ ਕਰਦੀਆਂ ਹੋਣਗੀਆਂ ਉਹਨਾਂ ਨੇ ਸਰਦਾਰੋ ਦਾ ਪਿੰਡ ਨਹੀਂ ਪੁੱਛਿਆ ਫਿਰ ਉਧਰ ਬੈਠਕ ਚ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਉਹ ਮੱਥੇ ਦਾ ਮੁੜਕਾ ਪੂੰਝਦੇ ਇੱਕ ਦੂਜੇ ਨੂੰ ਸਵਾਲ ਕਰਦੇ ਗੱਲਾਂ-ਗੱਲਾਂ ਚ ਜਵਾਲਾ ਸਿੰਘ ਨੇ ਪੁੱਛਿਆ ਧਾਰੇ ਕੋਲੇ ਜ਼ਮੀਨ ਨਹੀਂ ਧੀ ਜ਼ਮੀਨ ਹੁੰਦੀ ਤਾਂ ਗੱਲ ਕਾਦੀ ਸੀ ਵੰਡਾ ਕੇ ਵਾਹੀ ਦਾ ਕੰਮ ਕਰਦਾ ਮੈਂ ਭਾਈ ਨੇ ਊਠ ਵੀ ਕਿ ਕਰਕੇ ਸਭ ਵੇਚ ਤੇ ਤੇ ਉਦੇ ਬੱਚਾ ਕੋਈ ਨਹੀਂ ਕਬੀਲਦਾਰੀ ਛੁੱਟੀ ਆਮਦਨ ਬੰਦ ਹੋ ਗਈ ਖਰਚ ਕਲੇਸ਼ ਰਹਿੰਦਾ ਸੀ ਹਾਰ ਕਿਵੇਂ ਘਰੀ ਛੱਡਦਾ ਜਾਂ ਕੱਢਦਾ ਮੈਨੂੰ ਭਾਈ ਨਹੀਂ ਕਿਵੇਂ ਸਮਝ ਲੈ ਉਹ ਬੇਈਮਾਨ ਹੈ ਗੋਜੀ ਕਰਦਾ ਰਿਹਾ ਹੱਥ ਪੱਲੇ ਉਹਦੇ ਸੀ ਸਭ ਮੈਂ ਤਾਂ ਨੌਕਰਾਂ ਨੂੰ ਕੰਮ ਕਰਦਾ ਸੀ ਈਬਕੇ ਸਲਾਇਆ ਫਿਰ ਜਵਾਲਾ ਸਿੰਘ ਸਿੱਧੀ ਗੱਲ ਤੇ ਆਇਆ ਬਸ ਰੱਖ ਲੋ ਸਾਨੂੰ ਮੈਂ ਉਠਾਂ ਦਾ ਸਭ ਕਰੂੰ ਉੱਥੇ ਵੀ ਇਹੀ ਕਰਦਾ ਸੀ ਤੇ ਮੇਰੀ ਤੀਵੀਂ ਵੀ ਕਰੂੰ ਇਹੀ ਕੰਮ ਸਾਨੂੰ ਤਾਂ ਇੱਕ ਰੋਟੀ ਚਾਹੀਦੀ ਹੈ ਸਿਰ ਤੇੜ ਦੇ ਕੱਪੜੇ ਮੰਗਲ ਅਦੀਨ ਹੋ ਕੇ ਬੋਲਿਆ ਦੇਖ ਰੇ ਬਾਰਲਾ ਘਰ ਖੇਤ ਮੇ ਐ ਮਾਰਾ ਉਂਠੇ ਸਾਰੇ ਪਸ਼ੂ ਐ ਧਾਰੇ ਰਹਿਣ ਵਾਸਤੇ ਕੋਠਾ ਐ ਖੇਤ ਮੇ ਬਗਚਾ ਲੈ ਪਕਾਉ ਔਰ ਖਾਓ ਨਲਕਾ ਲੱਗਿਆ ਹੋਇਆ ਮਾਂਜੇ ਛਿੰਜੇ ਵੀ ਬਹੁਤ ਪੜਿਆ ਜਵਾਲਾ ਸਿੰਘ ਨੇ ਕਿਹਾ ਮੰਗਲ ਗੱਲ ਸੁਣਦਾ ਉਹਦੇ ਪੱਲ ਲਗਾਤਾਰ ਝਾਂਕ ਰਿਆ ਸੀ ਜਿਵੇਂ ਕੁਝ ਹੋਰ ਪੁੱਛਣਾ ਚਾਹੁੰਦਾ ਹੋਵੇ ਹੋਰ ਬਤਾ ਕੇ ਲੋੜ ਐ ਜਵਾਲਾ ਸਿੰਘ ਉਹਦੇ ਵੱਲ ਝਾਕਣ ਲੱਗਿਆ ਬਸ ਠੀਕ ਹੈ ਮੈੰਗਲ ਨੇ ਜੱਕੋ ਤੱਕੀ ਝੁੰਗਾ ਰਫ ਰਿਆ ਬਾਤ ਨਹੀਂ ਹੋਇਆ ਭਾਈ ਹਮੇ ਤੈਨੂੰ 500 ਰੁਪਏ ਮਹੀਨੇ ਦਾ ਦਿਆ ਕਰਾਂਗੇ ਓਕਾ ਪੱਕਾ ਆਟਾ ਲੈ ਜਾਇਆ ਕਰੋ ਸਬਜੀ ਬਾਜੀ ਹੋ ਜਾਇਆ ਕਰੇਗੀ ਲਗਾ ਲੀਆ ਕਰ ਨਹਿਰ ਦਾ ਪਾਣੀ ਹੈ ਕਦੂ ਹੋ ਸਕਿਆ ਗੋभी ਬੈਂਗਣ ਮਿਰਚਾ ਤੇਰੀ ਖੇਚਲ ਹੈ ਜਵਾਲਾ ਸਿੰਘ ਉਹਦਾ ਮਨ ਬਣਾ ਰਿਆ ਸੀ ਧੰਨਵਾਦ ਚਲ